ਔਰ ਇੱਕ ਗੱਲ ਵੀ ਮੈਂ ਲੱਗਿਆ ਸੁਣਾਉਣ, ਜਿਵੇਂ ਮੈਨੂੰ ਇੱਕ ਗੱਲ ਯਾਦ ਆਈ ਆਪਣੇ ਨੌਕਰੀ ਤੋਂ ਹੀ ਪਹਿਲਾਂ ਦੀ, ਜਿਵੇਂ ਸੀ ਕੋਈ ਬੰਦਾ ਨਾ ਇੰਟਰਵਿਊ ਦੇਣ ਵਾਸਤੇ ਗਿਆ, ਹਾਂਜੀ, ਔਰ ਉਹ ਜਦੋਂ ਇੰਟਰਵਿਊ ਦੇਣ ਵਾਸਤੇ ਗਿਆ ਨਾ ਤਾਂ ਵਿਚਾਰਾ ਕਹਿਣ ਲੱਗਿਆ, ਕਹਿਣ ਲੱਗਿਆ ਉਹਦਾ ਡੈਡੀ ਨੇ ਘਰ ਜਾ ਕੇ ਪੁੱਛਿਆ, ਕਹਿੰਦਾ ਬੇਟੇ ਇੰਟਰਵਿਊ ਕੈਸੀ ਰਹੀ? ਕਹਿਣ ਲੱਗਿਆ ਡੈਡੀ ਬਸ 50-50। ਕਹਿੰਦਾ ਜੀ ਡੈਡੀ, ਕਹਿਣ ਲੱਗਿਆ ਵੀ 50-50 ਦਾ ਕੀ ਮਤਲਬ ਹੋਇਆ? ਕਹਿਣ ਲੱਗਿਆ ਬਸ ਕੀ ਦੱਸੀਏ ਡੈਡੀ, ਕਹਿੰਦਾ ਜਿਹੜੇ ਸਵਾਲ ਉਹਨਾਂ ਨੇ ਮੇਰੇ ਕੋਲੋਂ ਪੁੱਛੇ ਸੀ ਨਾ ਉਹ ਮੈਨੂੰ ਸਮਝ ਨਹੀਂ ਆਇਆ, ਜਿਹੜੇ ਮੈਂ ਜਵਾਬ ਦਿੱਤੇ ਸੀ ਉਹਨਾਂ ਨੂੰ ਸਮਝ ਨਹੀਂ ਆਇਆ। ਇਸੇ ਤਰ੍ਹਾਂ ਖੈਰ 50-50 ਰਹੀ, ਆਪਾਂ 100% ਗਾਉਣਾ ਅੱਜ, ਆਪਾਂ 100% ਦੇਣਾ, ਔਰ ਇਹ ਜਿਹੜੇ ਸਾਡੇ ਸਰੋਤੇ ਨੇ ਇਹਨਾਂ ਨੂੰ ਤੁਹਾਨੂੰ ਪਿਆਰ ਵੀ 100% ਹੀ ਦੇਣਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਵੱਲੋਂ।